ਗੱਲ ਇਹ ਆ, ਜਲੰਧਰ ਵੈਸਟ ਦੇ ਲੋਕਾਂ ਨੂੰ ਮੈਂ ਤੁਹਾਡੇ ਰਾਹੀਂ ਬੇਨਤੀ ਕਰੂੰਗਾ ਕਿ ਜਿਸ ਤਰੀਕੇ ਨਾਲ ਜਲੰਧਰ ਦੇ ਲੋਕਾਂ ਨੇ ਐਡੇ ਵੱਡੇ ਮੈਂਡੇਟ ਨਾਲ ਪਹਿਲਾਂ ਇਹਨਾਂ ਨੂੰ ਜਿਤਾਇਆ, ਆਮ ਆਦਮੀ ਪਾਰਟੀ ਨੇ ਇੱਕ ਬਿਹਤਰ ਪਲੇਟਫਾਰਮ ਦਿੱਤਾ ਔਰ ਪੰਜਾਬ ਦੀ ਜਿਹੜੀ ਐਡੀ ਇਤਿਹਾਸਿਕ ਵਿਧਾਨ ਸਭਾ 'ਚ ਪਹੁੰਚਾਇਆ, ਉਹਨਾਂ ਲੋਕਾਂ ਨੇ ਆਪਣੇ ਨਿੱਜੀ ਹਿੱਤਾਂ ਵਾਸਤੇ ਸਿਰਫ ਔਰ ਸਿਰਫ ਆਪਣੇ ਫਾਇਦੇ ਲਈ ਨਾ ਸਿਰਫ ਪੰਜਾਬ ਬਲਕਿ ਜਲੰਧਰ ਦੀ ਬੈਸਟ ਕੌਂਸਟੀਚੁਐਂਸੀ ਦੇ ਲੋਕਾਂ ਨਾਲ ਧੋਖਾ ਵੀ ਕੀਤਾ ਆ। ਇਹਨਾਂ ਨੂੰ ਸਬਕ ਸਿਖਾਉਣ ਦਾ ਵਕਤ ਹੁਣ ਆ ਗਿਆ। ਪਿਛਲੇ 2.5 ਸਾਲਾਂ 'ਚ ਜਿੱਥੇ ਭਗਵੰਤ ਮਾਨ ਜੀ ਦੀ ਸਰਕਾਰ ਨੇ 300 ਯੂਨਿਟ ਫ੍ਰੀ ਬਿਜਲੀ ਦੇ ਕੇ 90% ਲੋਕਾਂ ਦਾ ਅੱਜ ਬਿਜਲੀ ਦਾ ਬਿੱਲ ਪੰਜਾਬ 'ਚ ਜ਼ੀਰੋ ਆ ਰਿਹਾ। ਮਹਿੰਗਾਈ ਦੇ ਜ਼ਮਾਨੇ 'ਚ ਆਮ ਸਧਾਰਨ ਪੰਜਾਬੀ ਨੂੰ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤੀ। ਸਾਡਾ ਕੋਸ਼ਿਸ਼ ਰਹੀ ਆ ਸਾਡੀ ਸਰਕਾਰ ਦੀ ਕਿ ਹਰੇਕ ਖੇਤ ਨੂੰ, ਕਿਉਂਕਿ ਪੰਜਾਬ ਜਿਹੜਾ ਆ ਇਹ ਐਗਰੀ ਬੇਸਡ ਇਕੋਨਮੀ ਹੈ, ਹਰੇਕ ਖੇਤ ਨੂੰ ਨਹਿਰੀ ਪਾਣੀ ਦੇਣਾ ਔਰ ਮੋਟਰਾਂ 'ਤੇ ਹਰ ਟਾਈਮ ਕਿਸਾਨ ਨੂੰ ਬਿਜਲੀ ਮਿਲੇ। ਉਹਦੇ ਨਾਲ ਅੱਜ ਪੰਜਾਬ ਦੇ ਕਿਸੇ ਵੀ ਹਿੱਸੇ 'ਚ ਤੁਸੀਂ ਚਲੇ ਜਾਓ, ਪੱਤਰਕਾਰ ਸਾਥੀ ਤੁਸੀਂ ਬੈਠੇ ਹੋ, ਹਰ ਬੰਦਾ ਇਸ ਗੱਲ ਦੀ ਸਰਾਹਨਾ ਕਰਦਾ ਹੈ ਕਿ ਹੁਣ ਸਾਨੂੰ ਨਾ ਤਾਂ ਸਿਆਲਾਂ 'ਚ ਕਣਕਾਂ ਲਈ ਜਾਗਣਾ ਪੈਂਦਾ, ਨਾ ਦੁਪਹਿਰ ਝੋਨਾ ਲਾਉਣ ਦੇ ਟਾਈਮ ਬਿਜਲੀ ਵਾਸਤੇ ਬਾਹਰ ਬੈਠਣਾ ਪੈਂਦਾ ਹੈ। ਮਾਨ ਸਾਹਿਬ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਔਰ ਆਉਣ ਵਾਲੇ ਟਾਈਮ 'ਚ ਦੇਖੂੰਗੇ ਹਰ ਖੇਤ 'ਚ ਨਹਿਰ ਦਾ ਪਾਣੀ ਭੇਜਾਂ। 43,000 ਸਰਕਾਰੀ ਨੌਕਰੀਆਂ ਜਿਹਦੇ 'ਚੋਂ 12,500 ਦੇ ਕਰੀਬ ਟੀਚਰ ਪੱਕੇ ਕੀਤੇ ਆ ਭਗਵੰਤ ਮਾਨ ਜੀ ਦੀ ਸਰਕਾਰ ਨੇ 2.5 ਸਾਲਾਂ 'ਚ, ਔਰ 43,000 ਨੌਕਰੀਆਂ 'ਚ ਕੋਈ ਬੰਦਾ ਕਹਿ ਦੇ ਪੰਜਾਬ ਦੇ ਕਿਸੇ ਕੋਨੇ 'ਚ ਤੁਸੀਂ ਚਲੇ ਜਾਓ, ਕੋਈ ਬੰਦਾ ਕਹਿ ਦੇ ਕੋਈ ਰਿਸ਼ਵਤ ਨਹੀਂ, ਕੋਈ ਭਾਈ ਭਤੀਜਾਵਾਦ ਨਹੀਂ, ਕੋਈ ਫੇਵਰਿਜ਼ਮ ਨਹੀਂ। ਓਨਲੀ ਮੈਰਿਟ ਦੇ ਆਧਾਰ 'ਤੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਨੌਕਰੀਆਂ ਦਿੱਤੀਆਂ, ਕਿਉਂਕਿ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਨੌਜਵਾਨਾਂ ਨੂੰ ਅਗਰ ਕਾਬਲੀਅਤ 'ਤੇ ਨੌਕਰੀਆਂ ਦੇਵਾਂਗੇ ਤਾਂ ਬਾਹਰ ਜਾਣ ਦਾ ਟ੍ਰੈਂਡ, ਇਹ ਗਲਤ ਰਸਤੇ ਅਪਣਾਉਣ ਦਾ ਟ੍ਰੈਂਡ ਪੰਜਾਬ 'ਚੋਂ ਬੰਦ ਹੋਊਗਾ। ਉਹਦੇ ਲਈ ਤੁਹਾਡੀ ਸਰਕਾਰ, ਆਮ ਆਦਮੀ ਪਾਰਟੀ ਸਰਕਾਰ ਨੇ ਪ੍ਰਯਾਸ ਕੀਤੇ। ਅਸੀਂ ਤਮਾਮ ਜਿਹੜਾ ਮਾਫੀਆ ਸੀ ਉਹਦੇ 'ਤੇ ਲਗਾਮ ਲਗਾਈ ਹੈ, ਜਿੱਥੇ ਵਪਾਰੀ ਵਰਗ, ਕਰਮਚਾਰੀ, ਚਾਹੇ ਉਹ ਸਾਡਾ ਕਿਸਾਨ ਹੈ, ਜਵਾਨ ਹੈ, ਦੇਸ਼ ਦੀਆਂ ਸਰਹੱਦਾਂ 'ਤੇ ਸ਼ਹਾਦਤ ਦੇਣ ਵਾਲੇ ਜਵਾਨ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਦੇ ਕੇ ਅਸੀਂ ਉਹਨਾਂ ਦਾ ਬੱਚਾ ਤਾਂ ਨਹੀਂ ਲਿਆ ਸਕਦੇ, ਲੇਕਿਨ ਉਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਖੜਨ ਦਾ ਉਪਰਾਲਾ ਅਗਰ ਕਿਸ ਦੇਸ਼ 'ਚ, ਮੈਂ ਪੰਜਾਬ ਦੀ ਗੱਲ ਨਹੀਂ ਕਰ ਰਿਹਾ, ਇਸ ਦੇਸ਼ 'ਚ ਕਿਸੇ ਸਰਕਾਰ ਨੇ ਕੀਤਾ ਹੈ ਤਾਂ ਭਗਵੰਤ ਮਾਨ ਜੀ ਦੀ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਹੈ। ਸ਼ਹੀਦ ਪਰਿਵਾਰ ਨਾਲ ਖੜਦੇ ਵੀ ਹੈ, ਆਰਥਿਕ ਤੌਰ 'ਤੇ ਮਦਦ ਵੀ ਕਰਦੇ ਹਾਂ, ਉਸ ਪਰਿਵਾਰ ਨੂੰ ਨੌਕਰੀ ਦੇਣ ਦੀ ਕੋਸ਼ਿਸ਼ ਵੀ ਕਰਦੇ ਹਾਂ, ਅਸੀਂ ਕੰਮਾਂ ਦੇ ਆਧਾਰ 'ਤੇ ਵੋਟ ਮੰਗਣਾ। ਹੁਣ ਜਿਹੜਾ 10 ਜੁਲਾਈ ਨੂੰ ਇਲੈਕਸ਼ਨ ਹੋਣ ਜਾ ਰਿਹਾ ਜਲੰਧਰ ਵੈਸਟ, ਜਿਹਦੇ ਲਈ ਸਾਡੇ ਸਤਿਕਾਰਯੋਗ ਬਹੁਤ ਹੀ ਪੜ੍ਹੇ ਲਿਖੇ, ਸੁਲਝੇ, ਜਿਨ੍ਹਾਂ ਦੇ ਫਾਦਰ ਸਾਹਿਬ ਵੀ ਇੱਕ ਬਹੁਤ ਵੱਡੇ ਲੀਡਰ ਇਸ ਸ਼ਹਿਰ ਦੀ ਨੁਮਾਇੰਦਗੀ ਕਰਦੇ ਰਹੇ, ਪੰਜਾਬ ਦੀ ਵਿਧਾਨ ਸਭਾ 'ਚ ਲੋਕਲ ਬਾਡੀ ਦੇ ਮਿਨਿਸਟਰ ਵੀ ਰਹੇ ਆ, ਸੀਨੀਅਰ ਮੋਸਟ, ਸਾਫ ਸੁਥਰਾ ਕਿਰਦਾਰ। ਇਲੈਕਸ਼ਨ ਲੋਟੂਆਂ ਦੇ ਟੋਲਾ ਵਰਸੇ ਜੇ ਇੱਕ ਇਮਾਨਦਾਰ, ਕਾਬਲ, ਪੜ੍ਹੇ ਲਿਖੇ ਜਿਹੜੇ ਕੈਂਡੀਡੇਟ ਹੈ ਉਹਨਾਂ ਦੇ ਵਿਚਕਾਰ ਆਉਣ ਵਾਲਾ ਫੈਸਲਾ ਜਲੰਧਰ ਵੈਸਟ ਵਾਲਿਆਂ ਨੇ ਕਰਨਾ। ਪੰਜਾਬ ਦੀ ਵਿਧਾਨ ਸਭਾ 'ਚ ਜਲੰਧਰ ਵੈਸਟ ਦਾ ਉਹ ਬੰਦਾ ਭੇਜੋ ਜਿਹੜਾ ਇਮਾਨਦਾਰੀ ਨਾਲ, ਸਮਝਦਾਰੀ ਨਾਲ, ਕਾਬਲੀਅਤ ਨਾਲ, ਸਾਫ ਸੁਥਰੇ ਤਰੀਕੇ ਨਾਲ ਜਲੰਧਰ ਦੀ ਸੇਵਾ ਕਰੇ, ਨਾ ਕਿ ਉਹ ਲੋਕ ਜਿਹੜੇ ਚਾਹੇ ਉਹ ਸੱਟੇ ਦੀ ਗੱਲ ਕਰ ਲਓ, ਠੱਗੀਆਂ ਦੀ ਗੱਲ ਕਰ ਲਓ, ਚੋਰੀਆਂ ਦੀ ਗੱਲ ਕਰ ਲਓ,
ਕਿਹੜਾ ਉਹ ਮਾੜਾ ਕੰਮ ਨਹੀਂ ਹੈ ਜਿਹੜਾ ਲੋਕਾਂ ਨੇ ਪ੍ਰਫੁੱਲਿਤ ਕਰਨ 'ਚ ਆਪਣਾ ਯੋਗਦਾਨ ਨਹੀਂ ਪਾਇਆ, ਜਿਹੜੇ ਭਾਜਪਾ ਔਰ ਬਾਕੀ ਕੈਂਡੀਡੇਟ ਜਿਹੜੇ ਇੱਥੇ ਸਾਡੇ ਖਿਲਾਫ ਇਲੈਕਸ਼ਨ ਲੜ ਰਹੇ, ਖਾਸ ਕਰ ਭਾਜਪਾ ਦਾ ਜਿਹੜਾ ਕੈਂਡੀਡੇਟ ਹੈ, ਉਹਨੇ ਨਾ ਸਿਰਫ ਧੋਖਾ ਕੀਤਾ ਜਲੰਧਰ ਵੈਸਟ ਨਾਲ, ਬਲਕਿ ਜਿਹੜੇ ਗੁਨਾਹ ਕੀਤੇ ਆ ਉਹਨਾਂ ਨੂੰ ਵੀ ਜਲੰਧਰ ਵੈਸਟ ਦੇ ਲੋਕ ਸਤਿਕਾਰਯੋਗ ਸਾਡੇ ਵੋਟਰ ਸਮਾਨ ਮਾਫ਼ ਨਹੀਂ ਕਰਦੇ। ਸੋ ਇਹ ਇਲੈਕਸ਼ਨ ਪਲਟੂ ਆਵਾਜ਼ ਵਰਸੇਜ ਇਮਾਨਦਾਰ ਕਾਬਲ ਔਰ ਜ਼ਿੰਮੇਵਾਰ ਜਿਹੜਾ ਕੈਂਡੀਡੇਟ ਅਮਰਿੰਦਰ ਭਗਤ ਜੀ ਸਾਡੇ ਕੋਲ ਬੈਠੇ ਆ ਉਹਨਾਂ ਦਾ, ਔਰ ਜਿਹੜੇ 10 ਵਾਅਦੇ ਤੁਹਾਡੇ ਰਾਹੀਂ ਅੱਜ ਜਲੰਧਰ ਵੈਸਟ ਦੇ ਲੋਕਾਂ ਦੇ ਸਾਹਮਣੇ ਅਸੀਂ ਰੱਖਣਾ ਚਾਹੁੰਦੇ ਹਾਂ। ਜਲੰਧਰ ਵੈਸਟ ਦੇ ਲੋਕਾਂ ਨੂੰ ਵੋਟਰ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਮਾਨ ਸਾਹਿਬ ਦੀ ਸਰਕਾਰ ਅਗਲੇ ਇਸ ਵਿਧਾਨ ਸਭਾ ਤੋਂ ਬਾਅਦ ਪਰਟੀਕੁਲਰ ਜਲੰਧਰ ਵੈਸਟ ਵਾਸਤੇ ਜੋ ਸਾਡਾ ਏਜੰਡਾ ਹੈ ਉਹਦੇ 'ਚ ਨੰਬਰ 1 ਪੀਣ ਵਾਲੇ ਸਾਫ਼ ਪਾਣੀ ਦੀ ਜਿਹੜੀ ਕਿੱਲਤ ਹੋ ਰਹੀ ਹੈ, ਸਿਰਫ ਖੇਤਾਂ ਦਾ ਪਾਣੀ ਦਾ ਮਸਲਾ ਨਹੀਂ ਆ, ਅੱਜ ਭਗਵੰਤ ਮਾਨ ਜੀ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ, ਚਾਹੇ ਉਹ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਉਣ ਦੀ ਗੱਲ ਹੈ, ਚਾਹੇ ਡਰਿੰਕਿੰਗ ਵਾਟਰ ਪਹੁੰਚਾਉਣ ਦੀ ਗੱਲ ਹੈ, ਸਾਫ਼ ਸੁਥਰਾ ਪਾਣੀ ਪਹੁੰਚਾਉਣ ਦੀ ਗੱਲ ਹੈ, ਲੋਕਾਂ ਨੂੰ ਬਿਹਤਰ ਇਲਾਜ ਦੇਣ ਦੀ ਗੱਲ ਹੈ, ਬੱਚਿਆਂ ਦੀ ਪੜ੍ਹਾਈ ਅਤੇ ਬਜ਼ੁਰਗਾਂ ਦੀ ਦਵਾਈ, ਇਹ ਆਮ ਆਦਮੀ ਪਾਰਟੀ ਦਾ ਮੁੱਖ ਏਜੰਡਾ ਹੈ, ਕਿਉਂਕਿ ਲੋਕਾਂ ਦੀਆਂ ਬੁਨਿਆਦੀ ਲੋੜਾਂ ਹਨ। ਜੇ ਇੱਕ ਪਰਿਵਾਰ 'ਤੇ ਬੱਚਿਆਂ ਦੀ ਪੜ੍ਹਾਈ ਦਾ ਬੋਝ ਘੱਟ ਜੇ ਅਤੇ ਬਜ਼ੁਰਗ ਦੀ ਦਵਾਈ ਦਾ ਬੋਝ ਘੱਟ ਜੇ, ਉਸ ਪਰਿਵਾਰ ਦੀ ਆਰਥਿਕ ਖੁਸ਼ਹਾਲੀ ਨੂੰ ਕੋਈ ਰੋਕ ਨਹੀਂ ਸਕਦਾ। ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਸਰਕਾਰ ਇਸ ਪਾਸੇ ਤੁਰੀ ਹੋਈ, ਇਸੇ ਕੜੀ 'ਚ ਅਸੀਂ ਪੀਣ ਵਾਲਾ ਪਾਣੀ ਪੂਰੇ ਹਲਕੇ ਲਈ, ਕਿਉਂਕਿ ਇੱਥੇ ਪ੍ਰੋਬਲਮ ਜਿਹੜੀ ਆਈ ਆ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਹੈ, ਉਹਦੇ ਲਈ ਟ੍ਰੀਟਮੈਂਟ ਪਲਾਂਟ ਜਿਹੜਾ ਜਲੰਧਰ ਵੈਸਟ ਵਾਸਤੇ ਭਗਵੰਤ ਮਾਨ ਜੀ ਦੀ ਸਰਕਾਰ ਲਾਊਗੀ। ਬਸਤੀ ਸੇਖ, ਬਸਤੀ ਦਾਨਿਸ਼ਮੰਦਾ, ਬਸਤੀ ਗੁੱਜਾ, ਬਸਤੀ ਪੀਰਦਾਦ ਅਤੇ ਮਿੱਠੂ ਬਸਤੀ ਸਮੇਤ ਹਲਕੇ ਵਿੱਚੋਂ ਬਿਜਲੀ ਦੀਆਂ ਤਾਰਾਂ ਦਾ ਜਾਲ ਹਟਾਉਣ ਲਈ ਬਿਜਲੀ ਬੋਰਡ, ਦੇਖੋ ਗੱਲ ਹੋ ਕੀ ਰਿਹਾ ਕਿ ਬਿਜਲੀ ਦੀਆਂ ਤਾਰਾਂ ਦਾ ਜਾਲ ਇਸ ਤਰ੍ਹਾਂ ਵਿਛ ਗਿਆ ਕਿ ਆਮ ਬੰਦੇ ਦੀ ਜ਼ਿੰਦਗੀ 'ਤੇ ਬੜੇ ਖਤਰੇ ਮੰਡਰਾ ਰਹੇ, ਕਿਸੇ ਨੇ ਧਿਆਨ ਨਹੀਂ ਦਿੱਤਾ। ਔਰ ਤੁਹਾਡੀ ਜਾਣਕਾਰੀ ਨਹੀਂ, ਮੈਂ ਤੁਸੀਂ ਸਤਿਕਾਰਯੋਗ ਜਲੰਧਰ ਦਾ ਮੀਡੀਆ ਦੇ ਸਾਥੀ ਬੈਠੇ ਹੋ, ਭਗਵੰਤ ਮਾਨ ਜੀ ਦੀ ਸਰਕਾਰ ਨੇ ਜਿੱਥੇ ਬਿਜਲੀ ਰਿਫੋਰਮ 'ਚ ਕੋਲ ਮਾਈਨ ਜਿਹੜੀ 7 ਸਾਲ ਤੋਂ ਬੰਦ ਪਈ ਉਹਨੂੰ ਚਲਾਇਆ, ਜਿਹੜੀ ਸਾਡਾ ਟ੍ਰਾਂਸਮਿਸ਼ਨ ਹੈ ਜਿਹਦੀ ਸ਼ਮਤਾ 7500 ਮੈਗਾਵਾਟ ਦੀ, 10000 ਮੈਗਾਵਾਟ ਤੋਂ ਉੱਪਰ ਟੱਪ ਗਈ, ਰਿਫੋਰਮਸ ਹੋ ਰਿਹਾ, ਨਵੀਆਂ ਲੈਣਾ ਪਾ ਰਹੇ ਹਾਂ, ਲੋਕਾਂ ਨੂੰ ਬਿਜਲੀ ਫ੍ਰੀ ਵੀ ਦੇ ਰਹੇ ਹਾਂ, ਨਾਲ ਨਾਲ ਪੰਜਾਬ 'ਚ ਗੋਇੰਦਵਾਲ ਸਾਹਿਬ ਜਿਹੜਾ ਬਿਜਲੀ ਦਾ ਪਹਿਲੀ ਵਾਰ ਦੇਸ਼ ਦੇ ਇਤਿਹਾਸ 'ਚ ਹੋਇਆ ਕਿ ਆਮ ਆਦਮੀ ਪਾਰਟੀ ਨੇ ਪ੍ਰਾਈਵੇਟ ਕੰਪਨੀ ਤੋਂ ਥਰਮਲ ਪਲਾਂਟ ਖਰੀਦਿਆ ਨਹੀਂ, ਅਤੇ ਇੱਥੇ ਹਾਲਾਤ ਇਹ ਬਣਾ ਤੇ ਪੰਜਾਬ ਦੇ ਕਿ ਸਾਡੇ ਅਦਾਰੇ ਇੱਕ ਇੱਕ ਕਰਕੇ ਅਕਾਲੀ ਭਾਜਪਾ ਕਾਂਗਰਸ ਇਹ ਜਿੰਨੀਆਂ ਪਾਰਟੀਆਂ ਰੂਲ ਕਰਦੀਆਂ ਰਹੀਆਂ ਨੇ ਸਾਡੇ ਅਦਾਰੇ ਵਿੱਚ ਆ, ਔਰ ਆਮ ਆਦਮੀ ਪਾਰਟੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਗੋਇੰਦਵਾਲ ਸਾਹਿਬ 'ਚ ਪਹਿਲੀ ਵਾਰ ਦੇਸ਼ 'ਚ ਹੋਇਆ ਕਿ ਥਰਮਲ ਪਲਾਂਟ ਖਰੀਦਿਆ, ਉਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਸਸਤੀ ਅਤੇ ਬਿਹਤਰ ਬਿਜਲੀ ਦੇਣਾ ਇਹ ਸਾਡੀ ਕਮਿਟਮੈਂਟ ਹੈ। ਇਸੇ ਸਿਲਸਿਲੇ 'ਚ ਅੱਗੇ ਨਵੀਆਂ ਸਟਰੀਟ ਲਾਈਟਾਂ ਲਾਈਆਂ ਜਾਣਗੀਆਂ। ਨਸ਼ਾ ਤਸਕਰੀ, ਦੇਖੋ ਨਸ਼ਾ ਬਹੁਤ ਵੱਡੀ ਸਮੱਸਿਆ ਸਾਡੇ ਸੂਬੇ ਦੀ, ਔਰ ਜਲੰਧਰ 'ਚ ਵੀ ਕੋਈ ਕਮੀ ਨਹੀਂ ਗੀ, ਔਰ ਇਹਦੇ ਪਿੱਛੇ ਕਾਰਨ ਹੈ, ਬੁਨਿਆਦੀ ਕਾਰਨ ਇਹ ਆ ਕਿ ਜਿਹੜੀਆਂ ਲਗਾਤਾਰ ਰਾਜ ਕਰਦੀ ਰਹੀਆਂ ਪਾਰਟੀਆਂ ਉਹਨਾਂ ਨੇ ਆਰਥਿਕ ਲਾਹਾ ਲੈਣ ਲਈ ਆਪਣੀ ਇਕਨੋਮਿਕ ਇੰਟਰਸਟ ਵਾਸਤੇ ਨੌਜਵਾਨਾਂ ਨੂੰ ਇਸ ਦਲਦਲ 'ਚ ਧੱਕਿਆ, ਇੱਕ ਨੈਕਸਸ ਬਣਾਇਆ। ਅੱਜ ਵੇਖੋ 10000 ਕਰਮਚਾਰੀ ਬਦਲੇ ਆ ਭਗਵੰਤ ਮਾਨ ਜੀ ਦੀ ਸਰਕਾਰ ਨੇ, ਕਾਰਨ ਇੱਕੋ ਹੀ ਆ, ਜਿਹੜੇ ਲੰਮੇ ਸਮੇਂ 'ਤੇ, ਮੈਂ ਨਹੀਂ ਕਹਿੰਦਾ ਸਾਰੇ ਅਫਸਰ ਖਰਾਬ ਹੈ ਜਾਂ ਗਲਤ ਹੈ, ਸਾਰੇ ਨਹੀਂ ਗਏ, ਲੇਕਿਨ ਜਿਹੜੀਆਂ ਬਲੈਕ ਸ਼ੀਪ ਹੈ ਲੰਮੇ ਸਮੇਂ ਤੋਂ ਇੱਕ ਥਾਂ 'ਤੇ ਡਿਊਟੀਆਂ ਕਰ ਰਹੀਆਂ ਸੀ, ਜਿਨ੍ਹਾਂ ਦੇ ਕਾਰਨ ਇੱਕ ਨੈਕਸਸ ਬਣ ਜਾਂਦਾ, ਮਨੋਪਲੀ ਬਣ ਜਾਂਦੀ ਆ, ਜਿਹਦੇ ਨਾਲ
ਗਲਤ ਕੰਮ ਉਸ ਏਰੀਏ 'ਚ ਕੀਤੇ ਜਾਂਦੇ, ਉਸ ਤੋੜਨ ਵਾਸਤੇ 10,000 ਤੋਂ ਵੱਧ ਮੁਲਾਜ਼ਮ ਜਿਹੜੇ ਪੁਲਿਸ ਦੇ ਟ੍ਰਾਂਸਫਰ ਕੀਤੇ ਆ। ਔਰ ਜਲੰਧਰ 'ਚੋਂ ਵੀ ਨਸ਼ਾ ਮਾਫੀਆ ਦੇ ਸਫਾਏ ਲਈ ਭਗਵੰਤ ਮਾਨ ਜੀ ਦੀ ਸਰਕਾਰ, ਮਾਣਯੋਗ ਮੁੱਖ ਮੰਤਰੀ ਜੀ ਨੇ ਆਪ ਕਿਹਾ। ਅੱਜ ਸੰਤ ਕਬੀਰ ਜੀ ਦਾ ਜਨਮ ਦਿਹਾੜਾ, ਅੱਜ ਮਾਣਯੋਗ ਮੁੱਖ ਮੰਤਰੀ ਜੀ ਆਏ ਸੀ ਹੁਸ਼ਿਆਰਪੁਰ, ਉਹਨਾਂ ਨੇ ਕਿਹਾ ਜਲੰਧਰ ਮੈਂ ਕੋਈ ਟੈਂਪਰੇਰੀ ਨਹੀਂ ਜਾ ਰਿਹਾ, ਜਲੰਧਰ ਪਰਮਾਨੈਂਟਲੀ ਮੁੱਖ ਮੰਤਰੀ ਜੀ ਹਫ਼ਤੇ 'ਚ 2 ਦਿਨ 3 ਦਿਨ ਜੋ ਪੋਸੀਬਲ ਹੋਊਗਾ ਮਾਝਾ ਔਰ ਦੁਆਬੇ ਦੇ ਲੋਕਾਂ ਦੇ ਦੁੱਖ ਦਰਦ ਨੂੰ ਦੂਰ ਕਰ ਲਈ ਆਪ ਬੈਠਣਗੇ। ਸੋ ਨਸ਼ਾ ਮਾਫੀਆ ਨੂੰ ਖਤਮ ਕਰਨਾ ਵੀ ਸਾਡੀ ਪ੍ਰਾਇਓਰਿਟੀ ਰਹੂਗੀ। ਇਸੇ ਤਰੀਕੇ ਨਾਲ ਗੌਤਮ ਨਗਰ 'ਚ ਇੱਕ ਕੂੜੇ ਦਾ ਡੰਪ ਹੈ, ਉਹਨੂੰ ਪੂਰੀ ਤਰ੍ਹਾਂ ਹਟਾਇਆ ਜਾਊਗਾ। ਇਹ ਸਾਡੇ ਮਾਣਯੋਗ MLA ਜਿਹੜੇ ਤੁਹਾਡੇ ਆਸ਼ੀਰਵਾਦ ਨਾਲ ਬਣਨਗੇ ਮਹਿੰਦਰ ਭਗਤ ਜੀ, ਇਹਨਾਂ ਦੀ ਅਗਵਾਈ 'ਚ ਅਸੀਂ ਇਸ ਡੰਪ ਨੂੰ ਵੀ ਹਟਾਵਾਂਗੇ। ਮੁਹੱਲਾ ਕਲੀਨਿਕ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਬੱਚਿਆਂ ਦੀ ਪੜ੍ਹਾਈ, ਬਜ਼ੁਰਗਾਂ ਦੀ ਦਵਾਈ, ਹਰੇਕ ਪੰਜਾਬੀ ਨੂੰ ਬਿਹਤਰ ਸਿਹਤ ਸੁਵਿਧਾਵਾਂ ਦੇਣੀਆਂ ਭਗਵੰਤ ਮਾਨ ਦੀ ਸਰਕਾਰ ਦੀ ਕਮਿਟਮੈਂਟ ਹੈ ਔਰ ਉਹਦੇ ਵੱਲ ਵੱਧ ਰਹੇ। ਔਰ ਤੁਹਾਡੀ ਜਾਣਕਾਰੀ ਲਈ ਸਤਿਕਾਰਯੋਗ ਪੱਤਰਕਾਰ ਸਾਥੀਓ, ਤੁਹਾਡੇ ਰਾਹੀਂ ਮੈਂ ਜਲੰਧਰ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ, 800 ਦੇ ਕਰੀਬ ਕਲੀਨਿਕ ਬਣਾਏ ਮਾਨ ਸਾਹਿਬ ਦੀ ਸਰਕਾਰ ਨੇ ਪਿਛਲੇ 2 ਸਾਲਾਂ 'ਚ, ਕਿਉਂਕਿ ਪਹਿਲੇ 6 ਮਹੀਨੇ ਤਾਂ ਤਿਆਰੀਆਂ 'ਚ ਲੰਘ ਜਾਂਦੇ ਆ, ਅਤੇ 1.5 ਕਰੋੜ ਲੋਕਾਂ ਨੇ ਉੱਥੇ ਫ੍ਰੀ ਇਲਾਜ ਕਰਾਇਆ। ਇਹ ਆਮ ਆਦਮੀ ਪਾਰਟੀ ਦੀ ਉਪਲਬਧੀ ਆ। ਅਸੀਂ ਕੰਮਾਂ ਦੇ ਆਧਾਰ 'ਤੇ ਲੋਕਾਂ ਦਾ ਆਸ਼ੀਰਵਾਦ ਮੰਗਣਾ, ਕੰਮ ਦੇ ਆਧਾਰ 'ਤੇ ਵੋਟ ਮੰਗਣੀ ਆ, ਅਤੇ ਜਲੰਧਰ ਵੈਸਟ ਬਿਹਤਰ ਆਮ ਆਦਮੀ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਸਸਤੀਆਂ ਅਤੇ ਫ੍ਰੀ ਇਲਾਜ ਦੇਣਾ, ਇਹ ਸਾਡੇ ਸਤਿਕਾਰਯੋਗ MLA ਸਾਹਿਬ ਔਰ ਮਾਨ ਸਾਹਿਬ ਦੀ ਸਰਕਾਰ ਦੀ ਕਮਿਟਮੈਂਟ ਹੋਊਗੀ। ਇਸੇ ਤਰੀਕੇ ਨਾਲ ਹਲਕਾ ਵਾਸੀਆਂ ਦੀ ਸੁਰੱਖਿਆ ਵਾਸਤੇ JP ਨਗਰ ਮਾਡਲ ਹਾਊਸ, ਹਰਬੰਸ ਨਗਰ ਇਲਾਕਿਆਂ ਵਿੱਚ CCTV ਦੀ ਬਹੁਤ ਵੱਡੀ ਇੱਕ ਰੋਲ ਹੋ ਗਿਆ ਸਿਕਿਉਰਿਟੀ ਨੂੰ ਲੈ ਕੇ। ਔਰ ਭਗਵੰਤ ਮਾਨ ਜੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੋਸ਼ਿਸ਼ ਹੈ ਅਸੀਂ ਪੂਰਾ ਸਿਸਟਮ ਡਿਜੀਟਲ ਕਰੀਏ ਤਾਂ ਕਿ ਹਰੇਕ ਹਰਕਤ 'ਤੇ, ਗਲਤ ਕੰਮ 'ਤੇ ਸਰਕਾਰ ਦੀ ਪੈਣੀ ਨਜ਼ਰ ਰਵੇ। ਔਰ ਆਹ ਜਿਹੜੇ ਤਮਾਮ ਏਰੀਏ ਮੈਂ ਦੱਸੇ ਜਲੰਧਰ ਵੈਸਟ ਦੇ, ਇੱਥੇ CCTV ਦਾ ਜਾਲ ਜਿਹੜਾ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਵਿਛਾਊਗੀ, ਇਹ ਵੀ ਅਸੀਂ ਜਲੰਧਰ ਵੈਸਟ ਦੇ ਲੋਕਾਂ ਨਾਲ ਵਾਅਦਾ ਕਰ ਰਹੇ ਹਾਂ। ਸਾਰੀਆਂ ਸੜਕਾਂ ਦੀ ਨਵੇਂ ਸਿਰੇ ਤੋਂ ਬਣਾਉਣੀਆਂ, ਜਿਹੜੇ ਆ ਰਿਪੇਅਰ ਕਰਨੀਆਂ, ਸੀਵਰੇਜ ਟ੍ਰੀਟਮੈਂਟ ਪਲਾਂਟ ਬੁਨਿਆਦੀ ਤੌਰ 'ਤੇ ਮੈਂ ਮੋਟੇ ਮੋਟੇ ਤੌਰ 'ਤੇ ਬਰੀਫ ਕਰਦਾ, ਸੀਵਰੇਜ ਟ੍ਰੀਟਮੈਂਟ ਪਲਾਂਟ ਹੋਵੇ। ਹਾਂ, ਗੌਤਮ ਨਗਰ 'ਚ ਸੀਵਰੇਜ ਟ੍ਰੀਟਮੈਂਟ ਪਲਾਂਟ ਜਿਹੜਾ ਆ ਉਹ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਵਾਲੇ ਟਾਈਮ 'ਚ ਲਾਊਗੀ। ਇਹ ਜਲੰਧਰ ਵੈਸਟ ਦਾ ਇੱਕ ਅਹਿਮ ਹਿੱਸਾ, ਟ੍ਰੀਟਮੈਂਟ ਪਲਾਂਟ, CCTV ਕੈਮਰੇ, ਜਿਹੜੀਆਂ ਸੜਕਾਂ 'ਤੇ ਲਾਈਟ, ਜਿਹੜੀਆਂ ਆਪਾਂ ਸਟਰੀਟ ਲਾਈਟ ਜਿਹਨੂੰ ਕਹਿ ਸਕਦੇ ਹੋ, ਸਪੋਰਟਸ ਗਰਾਊਂਡ। ਜਲੰਧਰ ਕਿਸੇ ਜ਼ਮਾਨੇ ਸਪੋਰਟਸ ਦਾ ਹੱਬ ਰਿਹਾ। ਸਾਡੇ ਪਵਨਜੀਤ ਟੀਨੂ ਸਾਹਿਬ ਦੱਸ ਰਹੇ ਸੀ ਮੈਨੂੰ ਹੁਣੇ ਕਿ ਪਿਛਲੇ 20 ਸਾਲਾਂ 'ਚ ਉਸ ਪੂਰੇ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਪੋਲੀਟੀਕਲ ਲੋਕਾਂ ਨੇ ਚਲਾਇਆ, ਅਕਾਲੀ, ਭਾਜਪਾ, ਕਾਂਗਰਸੀਆਂ ਨੇ, ਇਹਨਾਂ ਨੇ ਸਾਡੇ ਨੌਜਵਾਨਾਂ ਨੂੰ ਉਸੇ ਖੇਡਾਂ ਦੇ ਮੈਦਾਨ 'ਚੋਂ ਕੱਢ ਕੇ ਗਲਤ ਰਸਤੇ ਧੱਕਿਆ, ਉਸ ਚੀਜ਼ ਨੂੰ ਰਿਵਾਈਵ ਕਰਨਾ। ਸਪੋਰਟਸ ਦੀ ਕੈਪੀਟਲ ਪੰਜਾਬ ਦੀ ਨਹੀਂ, ਦੇਸ਼ ਦੀ ਜਲੰਧਰ ਬਣੇ, ਉਹਦੇ ਲਈ ਮਾਨ ਸਾਹਿਬ ਦੀ ਸਰਕਾਰ ਆਪਣੇ ਉਪਰਾਲੇ ਕਰੂਗੀ। ਇਸੇ ਤਰੀਕੇ ਨਾਲ ਟ੍ਰੀਟਮੈਂਟ ਪਲਾਂਟ ਦੀ ਮੈਂ ਗੱਲ ਕੀਤੀ ਆ, ਤਮਾਮ ਸਾਫ ਪੀਣ ਵਾਲਾ ਪਾਣੀ। ਸੋ ਮੇਰਾ ਕਹਿਣ ਤੋਂ ਭਾਵ ਹੈ, ਮੈਂ ਆਪਣਾ ਖਤਮ ਕਰੂੰਗਾ ਗੱਲ, ਅਸੀਂ ਕੰਮ ਦੇ ਆਧਾਰ 'ਤੇ ਜਲੰਧਰ ਵੈਸਟ ਵਾਲਿਆਂ ਤੋਂ ਵੋਟ ਮੰਗ ਰਹੇ ਹਾਂ। ਆਹ ਤਮਾਮ ਜਿਹੜੇ ਸਾਡੇ ਵਾਅਦੇ ਆ, ਅਗਲੇ 10 ਕੰਮ ਪ੍ਰਾਇਓਰਿਟੀ 'ਤੇ ਭਗਵੰਤ ਮਾਨ ਜੀ ਦੀ ਸਰਕਾਰ ਕਰੂਗੀ। ਔਰ ਸਭ ਤੋਂ ਜ਼ਰੂਰੀ ਗੱਲ ਹੈ ਕਿ ਜਿਹੜੇ ਪਲਟੂ ਰਾਮ ਕਰਪਟ, ਮੇਰੀ ਬਿਲਕੁਲ, ਹਾਂ ਇੱਕ ਮਿੰਟ, 2 ਮਿੰਟ ਦੀ ਗੱਲ ਹੈ ਮੇਰਾ ਵੀਰ, ਜਿਹੜੇ ਲੋਕ ਸਿਰਫ ਔਰ ਸਿਰਫ ਰਾਜਨੀਤੀ ਆਪਣੇ ਨਿੱਜੀ ਲਾਹੇ ਲਈ, ਆਪਣੇ ਨਿੱਜੀ ਫਾਇਦੇ ਲਈ, ਆਪਣੇ ਨਿੱਜੇ ਇੰਟਰਸਟ ਲਈ ਕਰ ਰਹੇ, ਉਹਨਾਂ ਲੋਕਾਂ ਨੂੰ ਜਲੰਧਰ ਵੈਸਟ ਦਿਆਂ ਨੂੰ ਮੇਰੀ ਬੇਨਤੀ ਆ, ਨਕਾਰੋ ਪਲਟੂ ਰਾਮਾਂ ਨੂੰ, ਨਕਾਰੋ। ਇੱਕ
ਸਮਝਦਾਰ, ਪੜ੍ਹੇ ਲਿਖੇ, ਖਾਨਦਾਨੀ, ਰਾਜਨੀਤਿਕ ਤੌਰ 'ਤੇ ਜਿਨ੍ਹਾਂ ਦੀ ਇੱਕ ਅਹਿਮ ਸਥਾਨ ਹੈ ਜਲੰਧਰ ਸ਼ਹਿਰ 'ਚ, ਔਰ ਜਿਨ੍ਹਾਂ ਨੂੰ ਇਹ ਕਹਿ ਰਹੇ ਆ, ਕੀ ਕਹਿ ਰਹੇ ਪਵਨ ਜੀ, ਇਹ ਮੰਦਬੁੱਧੀ। ਮੈਂ ਜਲੰਧਰ ਵੈਸਟ ਦੇ ਸਾਰੇ ਸਤਿਕਾਰਯੋਗ ਵੋਟਰ ਸਾਹਿਬਾਨਾਂ ਨੂੰ ਬੇਨਤੀ ਕਰਦਾ ਹਾਂ, ਇਹ ਕਿੱਡਾ ਵੱਡਾ ਅਪਮਾਨ ਹੈ ਸਾਡੇ ਭਗਤ ਭਾਈਚਾਰੇ ਦਾ, ਕੀਮਤੀ ਭਗਤ ਜਿਹੜਾ ਸਾਡੇ ਮਹਿੰਦਰ ਭਗਤ ਜੀ ਦੇ ਪਰਿਵਾਰ ਦਾ, ਕਿੱਡਾ ਜਿਨ੍ਹਾਂ ਨੇ ਦੋ ਪੀੜ੍ਹੀਆਂ ਲਗਾਤਾਰ ਜਲੰਧਰ ਦੀ ਸੇਵਾ 'ਚ ਲੱਗੀਆਂ। ਚੁੰਨੀ ਲਾਲ ਜੀ, ਭਗਤ ਚੁੰਨੀ ਲਾਲ ਜੀ, ਮੈਨੂੰ ਵੀ ਉਹਨਾਂ ਦਾ ਆਸ਼ੀਰਵਾਦ ਮਿਲਦਾ ਰਿਹਾ, ਬਹੁਤ ਹੀ ਸਾਡੇ ਸਤਿਕਾਰਯੋਗ ਇਸ ਸ਼ਹਿਰ ਦੇ ਸੀਨੀਅਰ ਲੀਡਰ ਹੈ, ਲੋਕਲ ਬਾਡੀ ਦੇ ਉਹ ਵਜ਼ੀਰ ਵੀ ਰਹੇ ਪੰਜਾਬ ਸਰਕਾਰ 'ਚ, ਉਹਨਾਂ ਬਾਰੇ ਇਸ ਤਰ੍ਹਾਂ ਦੇ ਸ਼ਬਦ ਵਰਤਣੇ, ਇਹ ਲੋਕਾਂ ਦਾ ਅਸਲੀ ਚਿਹਰਾ, ਅਸਲੀ ਮੁਖੈਟਾ ਹੈ, ਇਹ ਲੋਟੂਆਂ ਦੇ ਟੋਲੇ ਦਾ, ਠੱਗਾਂ ਦੇ ਟੋਲੇ ਦਾ, ਜਿਹੜੇ ਇੱਕ ਪੜ੍ਹੇ ਲਿਖੇ ਇਮਾਨਦਾਰ ਜ਼ਿੰਮੇਵਾਰ ਬੰਦੇ ਨੂੰ ਜਿਸ ਤਰੀਕੇ ਨਾਲ ਮੰਦਬੁੱਧੀ ਕਹਿ ਰਹੇ ਆ, ਜਲੰਧਰ ਵੈਸਟ ਦੇ ਵੋਟਰੋ, ਇਹਨਾਂ ਨੂੰ ਸਬਕ ਸਿਖਾਓ, ਇਹ ਅਪਮਾਨ ਕੀਤਾ ਤੁਹਾਡਾ ਇਹਨਾਂ ਨੇ, ਇਹਨਾਂ ਨੇ ਸਾਡੇ ਜਲੰਧਰ ਦੇ ਭਾਈਚਾਰੇ ਦਾ ਅਪਮਾਨ ਕੀਤਾ ਹੈ, ਇਸ ਅਪਮਾਨ ਦਾ ਬਦਲਾ ਵੀ ਜਿਹੜਾ ਆ ਜਲੰਧਰ ਵੈਸਟ ਦੇ ਲੋਕ ਲੈਣ, ਔਰ ਇੱਕ ਟੋਲੂਆਂ ਦੇ ਇਹ ਠੱਗਾਂ ਨੂੰ ਔਰ ਪਲਟੂ ਰਾਮਾਂ ਨੂੰ ਜਿਹੜਾ ਜਿਸ ਤਰ੍ਹਾਂ ਲੋਕ ਸਭਾ 'ਚ ਰੁਖਸਤ ਕੀਤਾ ਆ। ਦੇਖੋ, ਆਮ ਆਦਮੀ ਪਾਰਟੀ ਨੇ ਲੋਕ ਸਭਾ ਦਾ MP ਬਣਾਇਆ ਸੀ ਬਾਈ ਇਲੈਕਸ਼ਨ 'ਚ, ਸਾਰੇ ਨੇ ਸਾਡੇ ਧਾਲੀਵਾਲ ਸਾਹਿਬ ਬੈਠੇ, ਸਾਰਿਆਂ ਨੇ ਅਸੀਂ ਇੱਕ ਇੱਕ ਜਣੇ ਨੇ ਜ਼ੋਰ ਲਾ ਕੇ, ਲੇਕਿਨ ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ ਹੈ। ਔਰ ਇਸ ਜਿਹੜੇ BJP ਦਾ ਕੈਂਡੀਡੇਟ ਹੈ, ਇਹਦਾ ਨਾਂ ਕੀ ਹੈ ਜੀ, ਸ਼ੀਤਲ ਅੰਗਰਾਲ, ਹਾਂ, ਇਸ ਬੰਦੇ ਨੂੰ ਵੀ ਜਿਹੜਾ ਸਬਕ ਸਿਖਾਇਆ ਜਾਵੇ, ਔਰ ਜਲੰਧਰ ਵੈਸ ਦੇ ਲੋਕਾਂ ਨੂੰ ਮੇਰੀ ਬੇਨਤੀ, ਇਮਾਨਦਾਰ, ਪੜ੍ਹੇ ਲਿਖੇ, ਔਰ ਜਿਨ੍ਹਾਂ ਦੀ ਸਾਫ ਸੁਥਰੀ ਛਵੀ ਹੈ, ਜ਼ਿੰਮੇਵਾਰ ਹੈ, ਉਹਨਾਂ ਨੂੰ ਪੰਜਾਬ ਦੀ ਮੁਕੱਦਸ ਵਿਧਾਨ ਸਭਾ 'ਚ ਪਹੁੰਚ ਕੇ ਆਪਣੇ ਲੋਕਾਂ ਦੀ ਸੇਵਾ ਦਾ ਮੌਕਾ ਦਿਓ। ਦੇਸ਼ ਦੁਨੀਆ ਦੀਆਂ ਨਵੀਆਂ ਅਤੇ ਤਾਜ਼ੀਆਂ ਤਰੀਨ ਖਬਰਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਬੈਲ ਆਈਕਨ 'ਤੇ ਕਲਿੱਕ ਜ਼ਰੂਰ ਕਰੋ।